ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੈਂ ਗੱਲ ਤਿੰਨ ਚਾਰ ਮੁੱਦਿਆਂ ਦੀ ਕਰਨੀ ਆ ਪਹਿਲੀ ਮੈਂ ਗੱਲ ਕਰਨੀ ਆ ਸਿੱਧੂ ਮੂਸੇ ਵਾਲੇ ਦੀ ਦੂਜੀ ਮੈਂ ਗੱਲ ਕਰਨੀ ਆ ਗੁਰੂ ਸਾਹਿਬ ਦੀ ਬੇਅਦਬੀ ਦੀ ਤੀਜੀ ਗੱਲ ਕਰਨੀ ਆ ਸਰਕਾਰ ਦੀ ਔਰ ਚੌਥੀ ਗੱਲ ਮੈਂ ਕਰਨੀ ਆ ਜਿਹੜਾ ਮੁਕਸਰ ਤੇ ਆ ਵਕੀਲਾਂ ਦਾ ਪੁਲਿਸ ਦਾ ਰੌਲਾ ਪਿਆ ਇਸ ਮਸਲੇ ਦੇ ਵਿੱਚ ਸਾਰਾ ਪੰਜਾਬ ਮੈਨੂੰ ਕਹਿ ਰਿਹਾ ਜਿਹੜੇ ਕੁਝ ਕਹਿ ਰਿਹਾ ਤੁਸੀਂ ਨਹੀਂ ਬੋਲਦੇ ਜੀ ਤੁਸੀਂ ਨਹੀਂ ਬੋਲਦੇ ਮੈਂ ਕੀ ਬੋਲਾਂ ਮੈਨੂੰ ਤੁਸੀਂ ਦੱਸੋ ਚਿੱਟੇ ਦੇ ਨਾਲ ਦੁਨੀਆ ਤਬਾਹ ਹੋ ਰਹੀ ਆ ਚਿੱਟੇ ਦੇ ਨਾਲ ਭੈਣਾਂ ਦੇ ਘਰ ਖਰਾਬ ਹੋ ਰਹੇ ਆ ਉਹ ਭੈਣਾਂ ਭੈਣਾਂ ਧੀਆਂ ਦੇ ਘਰ ਕਿਵੇਂ ਖਰਾਬ ਹੋ ਰਹੇ ਆ ਜਿਹੜਾ ਨੌਜਵਾਨ ਚਿੱਟਾ ਪੀਂਦਾ ਕਈ ਤਾਂ ਮਾਪਿਆਂ ਨੂੰ ਨਹੀਂ ਪਤਾ ਵੀ ਉਹ ਭਾਈ ਚਿੱਟਾ ਪੀਂਦਾ ਜਦੋਂ ਪਤਾ ਲੱਗਦਾ ਜਾਂ ਤਾਂ ਤਿੰਨ ਮਹੀਨੇ ਬਾਅਦ ਪਤਾ ਲੱਗਦਾ ਜਦੋਂ ਕੁੜੀ ਦਾ ਤਲਾਕ ਹੁੰਦਾ ਜਾਂ ਭਾਈ ਉਹ ਮੁੰਡਾ ਜਿਹੜਾ ਚਿੱਟਾ ਪੀਂਦਾ ਤੇ ਨਵਾਂ ਵਾਲੇ ਤਿੰਨ ਮਹੀਨਿਆਂ ਦੇ ਵਿਆਹ ਨੂੰ ਹੋਏ ਹੁੰਦੇ ਆ ਉਹ ਦੁਨੀਆ ਛੱਡ ਜਾਂਦਾ ਚਿੱਟੇ ਦੇ ਕਾਰਨ ਜਿਹੜਾ ਮਾਪੇ ਆ ਪਿੱਛੇ ਇਕੱਲਾ ਇਕੱਲਾ ਜਿਹੜਾ ਪੁੱਤ ਹੋਵੇ ਉਹ ਨਸ਼ੇ ਦੇ ਵਿੱਚ ਤਬਾਹ ਆ ਹੋਵੇ ਉਹ ਜਾਂਦਾ ਮਰ ਜਾਂਦਾ ਦੈਲੀ ਉਹ ਸਿਮੀਆਂ ਨੂੰ ਵੇਂਦਾ ਕਹਿੰਦਾ ਹਾਏ ਓਏ ਤੂੰ ਮੇਰਾ ਪੁੱਤ ਖਾ ਗਿਆ ਸਰਕਾਰ ਨੂੰ ਵੇਂਦਾ ਪਰ ਚਿੱਟਾ ਜੇ ਗੱਲ ਕਰੀਏ ਮੈਂ ਵੀ ਗੱਲ ਕਹਿਣਾ ਕਿ ਮੈਂ ਇੱਥੇ ਕੋਈ ਵਕੀਲਾਂ ਦੀ ਮੈਂ ਕੋਈ ਪੁਲਿਸ ਦੀ ਗੱਲ ਨਹੀਂ ਕਰਨੀ ਪਰ ਇੱਥੇ ਕੀ ਹੋਇਆ ਜਦੋਂ ਪਤਾ ਨਹੀਂ ਫਿਰੋਜ਼ਪੁਰ ਦੇ ਵਿੱਚ ਰੌਲਾ ਪਿਆ ਉੱਥੇ ਪੁਲਿਸ ਵਾਲਿਆਂ ਕੋਲੋਂ ਚਿੱਟਾ ਫੜਿਆ ਗਿਆ ਉਦੋਂ ਕੀ ਕੰਮ ਹੋ ਗਿਆ ਉਹ ਕ ਮੈਂ ਕਿਹਾ ਸੀ ਵੀ ਅੱਗਾ ਦੌੜ ਤੇ ਪਿੱਛਾ ਚੌੜ ਪੰਜਾਬ ਦੇ ਲੋਕਾਂ ਦਾ ਕੰਮ ਏ ਆ ਲੋਕ ਭੁੱਲ ਜਾਣਗੇ ਉਦੋਂ ਕੁਝ ਪੁਲਿਸ ਵਾਲਿਆਂ ਨੇ ਕਹਿਤਾ ਨਹੀਂ ਜੀ ਨਹੀਂ ਉਹ ਸਹੀ ਹੋ ਕਿਉਂ ਕਾਰਨ ਕੀ ਸੀ ਪਿਆਰ ਵਰਦੀ ਨੂੰ ਆ ਧਰਮ ਦਾ ਪਿਆਰ ਬਹੁਤ ਤਗੜਾ ਹੁੰਦਾ ਜਾਤ ਦਾ ਪਿਆਰ ਬਹੁਤ ਤਗੜਾ ਹੁੰਦਾ ਤੇ ਜਿਹੜੀ ਪੋਸਟ ਦਾ ਪਿਆਰ ਆ ਉਹ ਵੀ ਬਹੁਤ ਤਕੜਾ ਹੁੰਦਾ ਜਦੋਂ ਚਾਹੇ ਉਹ ਕੋਈ ਪੋਸਟ ਆ ਚਾਹੇ ਕੋਈ ਡਿਪਾਰਟਮੈਂਟ ਆ ਉਂਝ ਵਿੱਚ ਜਾਤੀ ਵੀ ਤੇ ਹੁੰਦੇ ਰਹਿਣਗੇ ਪਰ ਜਦੋਂ ਉਹਨਾਂ ਦੀ ਗੱਲ ਆ ਜਾਊਗੀ ਵਰਦੀ ਤੇ ਉਦੋਂ ਇੱਕ ਦੋ ਦੋ ਇਕੱਠੇ ਹੋ ਜਾਂਦੇ ਆ ਇਹਦੇ ਵਿੱਚ ਕੋਈ ਝੂਠ ਨਹੀਂਗਾ ਮੈਂ ਹੁਣ ਬੇਨਤੀ ਇਹ ਕਰਦਾ ਕਿ ਮੈਨੂੰ ਨਹੀਂ ਪਤਾ ਉਹ ਵਕੀਲ ਸਹੀ ਆ ਜਾਂ ਗਲਤ ਆ ਪਰ ਮੈਂ ਪਿੰਡਾਂ ਵਾਲਿਆਂ ਦੇ ਬਿਆਨ ਸੁਣ ਕੇ ਹਟਿਆ ਉਹ ਜਿਹੜੇ ਪਿੰਡ ਵਾਲੇ ਕਹਿੰਦੇ ਸੀ ਜੀ ਫਲਾਨਾ ਬੰਦਾ ਚਿੱਟਾ ਵੇਚਦਾ ਇਹ ਉਹਦੇ ਨਾਂ ਰੰਦਾ ਸੀ ਆਹ ਆਉਰਾਪੁਰਾ ਬੋਲ ਗਏ ਕੀ ਵਕੀਲ ਕਹਿਣਗੇ ਤੁਸੀਂ ਪੁਲਿਸ ਦੇ ਅੱਖੇ ਲੱਗਦੇ ਆ ਸਾਨੂੰ ਅੱਖੇ ਲੱਗਣ ਦੀ ਕੀ ਲੋੜ ਪਈ ਆ ਸਾਡੇ ਦਾ ਪੁੱਤ ਧੀਆ ਭਰਾ ਸਾਡੇ ਤਬਾਹ ਹੋਈ ਜਾਂਦੇ ਆ ਬਸ ਸਾਰੇ ਦੇ ਸਾਰੇ ਆਉਦੀਆਂ ਪੋਸਟਾਂ ਬਚਾਉਣ ਨੂੰ ਆ ਮੈਂ ਨਹੀਂ ਕਹਿੰਦਾ ਵੀ ਪੁਲਿਸ ਸਹੀ ਹੋਊਗੀ ਪਰ ਮੈਂ ਵੀ ਨਹੀਂ ਕਹਿੰਦਾ ਪੁਲਿਸ ਗਲਤ ਹੋਊਗੀ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਵਕੀਲ ਚੰਗੇ ਨਹੀਂ ਹੁੰਦੇ ਸਾਰੇ ਵਕੀਲ ਮਾੜੇ ਨਹੀਂ ਹੁੰਦੇ ਜੇ ਅੱਜ ਕੁਝ ਚੰਗੇ ਵਕੀਲ ਹੈਗੇ ਆ ਤਾਂ ਦੁਨੀਆ ਅਪਰਾਧ ਕਰਨ ਤੋਂ ਡਰਦੀ ਆ ਨਹੀਂ ਤਾਂ ਨਾ ਡਰੇ ਜੇਕਰ ਚੰਗੇ ਪੁਲਿਸ ਵਾਲੇ ਹੈਗੇ ਆ ਤਾਂ ਕਰਕੇ ਦੁਨੀਆ ਅਪਰਾਧ ਕਰਨ ਤੋਂ ਡਰਦੀ ਆ ਨਹੀਂ ਤਾਂ ਨਾ ਡਰੇ ਹੁਣ ਮੇਰੀ ਇਹ ਬੇਨਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਗਿਆ ਵੀ ਪੁਲਿਸ ਤਾਂ ਪਹਿਲਾਂ ਹੀ ਪੈਰ ਨਹੀਂ ਲਾਉਂਦੀ ਚਿੱਟੇ ਵਾਲੇ ਮਸਲੇ ਦੇ ਵਿੱਚ ਜੇ ਕੋਈ ਤਿੰਨ ਚਾਰਾਂ ਨੇ ਮਸਲੇ ਦੇ ਵਿੱਚ ਪੈਰ ਲਾ ਵੀ ਲਏ ਆ ਤਾਂ ਉਹਦੇ ਵਿੱਚ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਹਿੰਦੇ ਭਾਈ ਸਾਡੇ ਹੱਥ ਖੜੇ ਆ ਅਸੀਂ ਇਹ ਕੰਮ ਨਹੀਂ ਕਰਦੇ ਕੱਲ ਨੂੰ ਸਾਡੀ ਨੌਕਰੀ ਜਾਵੜਨੀ ਆ ਵੀ ਅਸੀਂ ਆਹ ਕੰਮ ਨਹੀਂ ਕਰਦੇ ਹੁਣ ਮਸਲਾ ਕੀ ਹੋਣਾ ਕਿ ਫਿਰ ਚਿੱਟਾਵੇਂ ਚੱਲਦਾ ਰਹਿਣਾ ਚਿੱਟਾ ਕਦੇ ਵੀ ਇਹ ਬੰਦ ਨਹੀਂ ਹੋਣਾ ਜਿਵੇਂ ਆਪਾਂ ਕਰਨੂ ਫਿਰਦੇ ਆ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਚਿੱਟੇ ਤੇ ਤੁਸੀਂ ਕੋਈ ਰੋਕਥਾਮ ਲਾਓ ਜਿਹਦੇ ਨਾਲ ਥੋੜਾ ਜਿਹਾ ਭਾਈ ਕੰਮ ਸਹੀ ਹੋ ਜੇਨ ਮੈਂ ਵੀ ਨਹੀਂ ਕਹਿੰਦਾ ਵੀ ਪੁਲਿਸ ਵਾਲੇ ਆ ਜਿਹੜੇ ਉਹ ਮਾਰਕਟਾ ਕਟਾਪਾ ਨਹੀਂ ਕਰਦੇ ਕਰਦੇ ਆ ਕਈ ਥਾਣਿਆਂ ਦੇ ਵਿੱਚ ਮੈਂ ਸੁਣਿਆ ਜਲਾਈ ਮਹੀਨੇ ਦੇ ਵਿੱਚ ਇੰਟਰਵਿਊ ਸੁਣੀ ਸੀਗੀ ਆਪਣੇ ਲੋਕਾਂ ਆਵਾਜ਼ ਤੇ ਆਰਐਮ ਵੀ ਚੈਨਲ ਤੇ ਦੋਨੇ ਭਰਾ ਇੰਟਰਵਿਊ ਇਕੱਠੇ ਕਰੀ ਜਾਂਦੇ ਸੀ ਕੋਈ ਦੱਸ ਰਿਹਾ ਸੀ ਮੁੰਡਾ ਵੀ ਭਾਈ ਮੇਰੇ ਨਾਲ ਕੁੱਟ ਮਾਰ ਬਹੁਤ ਭੈੜੀ ਹੋਈ ਆ ਤੇ ਮੇਰੇ ਨਾਲ ਆ ਕੰਮ ਹੋਇਆ ਆ ਕੰਮ ਹੋਇਆ ਇਹ ਕਾਰਨ ਕਈ ਥਾਣਿਆਂ ਦੇ ਵਿੱਚ ਹੋ ਜਾਂਦਾ ਬਦਨਾਮ ਸਾਰੇ ਹੋ ਜਾਂਦੇ ਆ ਯਾਦ ਰੱਖੋ ਗੱਲ ਸਾਰੇ ਆਪਦੀ ਆਪਦੀ ਡਿਊਟੀ ਸਹੀ ਕਰਨ ਤਾਂ ਨਾ ਤਾਂ ਚਿੱਟਾ ਚੱਲੇ ਨਾ ਕੋਈ ਇੱਥੇ ਗਲਤ ਕੰਮ ਚੱਲਣਾ ਪਰ ਰੌਲਾ ਕੀ ਆ ਜੇ ਮੰਤਰੀ ਆ ਉਹ ਆਪਦੀ ਪੋਸਟ ਤੇ ਸਹੀ ਨਹੀਂ ਚੱਲਦਾ ਜੇ ਕੋਈ ਸਿਪਾਹੀ ਆ ਉਹ ਆਪਣੀ ਸਹੀ ਚੱਲਦਾ ਜਿਹੜਾ ਕੋਈ ਮੇਰੇ ਵਰਗਾ ਉਹ ਆਪਣੀ ਸਹੀ ਚੱਲਦਾ ਫਿਰ ਇਹਦੇ ਨਾਲ ਆਪਣੇ ਹੱਲ ਨਹੀਂ ਉਹਨੇ ਮੇਰੀ ਇਹ ਬੇਨਤੀ ਆ ਕਿ ਚਿੱਟੇ ਦੇ ਬਾਰੇ ਕੋਈ ਸੋਚਿਆ ਜਾਵੇ ਜੇਕਰ ਕੋਈ ਪੁਲਿਸ ਕੋਈ ਕਾਰਵਾਈ ਕਰਦੀ ਹੈ ਚਿੱਟੇ ਦੇ ਫਿਰ ਮਾੜਾ 14 ਸਾਲ ਦਿੱਤਾ ਜਾਵੇ ਜੇ ਬਈ ਪੁਲਿਸ ਗਲਤ ਕਰਦੀ ਆ ਫਿਰ ਉਹਦੇ ਨਾਲ ਜਿਹੜਾ ਗਲਤ ਉਹਨਾਂ ਦੇ ਬੰਦੀਆਂ ਜਿਹੜੀਆਂ ਕਾਰਵਾਈਆਂ ਉਹ ਕੀਤੀਆਂ ਜਾਣ ਪਰ ਹੁਣ ਕਹੀਏ ਕਿ ਲੋਕ ਕੀ ਕਹਿ ਰਹੇ ਆ ਵਕੀਲ ਸਾਹਿਬ ਕੁਛ ਕਹਿ ਰਹੇ ਆ ਪੁਲਿਸ ਕੁਛ ਕਹਿ ਰਹੀ ਆ ਸੁਣੀ ਕੀ ਦੀਏ ਬਸ ਮੈਨ ਸੰਨ ਵਿਚਾਲਿਆ ਚਿੱਟਾ ਜਿਹਦੇ ਕਾਰਨ ਸਾਡੀ ਨੌਜਵਾਨੀ ਤਬਾਹ ਹੋ ਰਹੀ ਆ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਮੈਂ ਸਰਕਾਰ ਨੂੰ ਵੀ ਕਹਿ ਦੇਵਾਂ ਕਿ ਜਿਹੜੀਆਂ ਭਾਈ ਵੋਟਾਂ ਉਹ ਤੁਸੀਂ ਚੁੱਪ ਕਰਕੇ ਵੋਟਾਂ ਨਾ ਆ ਬਲਦਾਂ ਬੁਲਦਾਂ ਤੋਂ ਮੰਗਿਆ ਕਰੋ ਜੇ ਗਾਵਾਂ ਮੱਝਾਂ ਤੋਂ ਮੰਗਿਆ ਕਰੋ ਜੇ ਵੋਟਾਂ ਕਿਉਂਕਿ ਲੋਕ ਨਹੀਂ ਰਹਣੇ ਕੁਝ ਤਾਂ ਬਾਹਰ ਜਾਈ ਜਾਂਦੇ ਆ ਕੁਝ ਨਸ਼ੇ ਦੇ ਨਾਲ ਤਬਾਹ ਹੋ ਜਾਂਦੇ ਆ ਮਾਂ ਬਾਪ ਤਾਂ ਵਿੱਚੇ ਮੁੱਕ ਜਾਣੇ ਆ ਤੇ ਫਿਰ ਕੱਲੇ ਪਸ਼ੂ ਰਹਿ ਜਾਣਗੇ ਭੇਡਾਂ ਨੂੰ ਆ ਕੇ ਭਾਸ਼ਣ ਦਿਆ ਕਰੋ ਜੇ ਕਰੀਂਗਾ ਬੈਂ ਫਿਰ ਤੁਸੀਂ ਆ ਕੇ ਬੱਕਰੀਆਂ ਨੂੰ ਦਿਆ ਕਰੋ ਮੈਂ ਕਰਦਿਆ ਕਰਨੀਂਗਾ ਜਾਂ ਜਿਹੜੀਆਂ ਇੱਥੇ ਇੱਥੇ ਜਿਹੜਾ ਕਹਿੰਦਾ ਗਾਵਾਂ ਨੂੰ ਮੱਝਾਂ ਨੂੰ ਭਾਸ਼ਣ ਸੁਣਾ ਲਿਆ ਕਰੋ ਜੇ ਉਹ ਬੈਂ ਕਰਦਿਆ ਕਰਨੀਂਗਾ ਪਰ ਕੋਨੋਂ ਬੰਦੇ ਨਹੀਂ ਲੱਭਣੇ ਜੇਕਰ ਕੰਮ ਇਹ ਚੱਲਦਾ ਰਿਹਾ ਥੋੜਾ ਜਿਹਾ ਲੋਕਾਂ ਵੱਲ ਵੀ ਝਾਤੀ ਮਾਰ ਲੋ ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ ਦੂਜੇ ਨੰਬਰ ਤੇ ਸਿੱਧੂ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲੇ ਦੀ ਗੱਲ ਕੀ ਆ ਕਿ ਉਹੀ ਉਹਨਾਂ ਅਸਲ ਦੇ ਵਿੱਚ ਸਾਰੀ ਗੱਲ ਉਹੀ ਰਲ ਜਾਣੀ ਆ ਹੁਣ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਉਦੋਂ ਕੀ ਹੋਇਆ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਨਾਲ ਲੜਨ ਲੱਗੀਆਂ ਜਦੋਂ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇੱਕ ਦੂਜੇ ਨਾਲ ਲੜਨ ਲੱਗੀਆਂ ਉਹ ਦੂਜੇ ਕਹਣ ਇਹਨਾਂ ਦੇ ਰਾਜ ਚ ਬੇਅਦਬੀ ਹੋਈ ਦੂਜੇ ਕਹਿਣ ਜਿਨ੍ਹਾਂ ਨੇ ਸਿਆਸਤ ਕੀਤੀ ਆ ਉਹਨਾਂ ਦਾ ਪੱਠਾ ਵਹਿ ਜੇ ਉਹਨਾਂ ਦਾ ਆ ਹੋ ਜੇ ਉਹ ਭਲਿਓ ਮਾਨਸੋ ਤੁਸੀਂ ਤਿੰਨੇ ਚਾਰੇ ਪਾਰਟੀਆਂ ਲੜਦਿਆਂ ਰਹੀਆਂ ਇੱਕ ਦੂਜੇ ਨਾਲ ਪਰ ਗੁਰੂ ਸਾਹਿਬ ਨੂੰ ਤੁਸੀਂ ਇਨਸਾਫ ਨਹੀਂ ਦਵਾਇਆ ਗੁਰੂ ਸਾਹਿਬ ਨੂੰ ਆਪਾਂ ਤਾਂ ਕੌਣ ਨੂੰ ਨੇ ਇਨਸਾਫ ਦੇਣ ਵਾਲੇ ਇਨਸਾਫ ਤਾਂ ਆਪੇ ਲੈ ਲੂਗਾ ਪਰ ਜਿਹੜੀ ਆਪਾਂ ਕੋਈ ਬੰਦੇ ਨੂੰ ਇੱਥੇ ਕਾਰਵਾਈ ਕਰਵਾਉਣੀ ਸੀ ਉਹ ਤਾਂ ਕਾਰਵਾਈਆਂ ਨਹੀਂ ਹੋਈਆਂ ਨਾ ਆਪਾਂ ਲੜਾਈਆਂ ਲੜਦੇ ਰਹੇ ਉਹੀ ਜਦੋਂ ਅਜੀਤ ਵਾਲਿਆਂ ਦਾ ਕੋਈ ਰੌਲਾ ਪਿਆ ਸੀ ਅਖਬਾਰ ਵਾਲਿਆਂ ਦਾ ਉਦੋਂ ਸਾਰੀਆਂ ਪਾਰਟੀਆਂ ਹੱਥਾਂ 'ਚ ਹੱਥ ਪੈ ਗਏ ਕੁਰਸੀਆਂ ਨਾਲ ਕੁਰਸੀਆਂ ਡਹਿ ਗਈਆਂ ਜੱਫੀਆਂ ਨਾਲ ਜੱਫੀਆਂ ਪੈ ਗਈਆਂ ਔਰ ਕੰਮ ਕੀ ਹੋਇਆ ਸਾਡੇਾਰੇ ਛੋਟੀਆਂ ਨਾਲ ਜੱਫੀਆਂ ਨਾਲ ਜੱਫੀਆਂ ਨਹੀਂ ਪੈਂਦੀਆਂ ਸਾਡੇ ਮੁੱਦਿਆਂ ਤੇ ਤੁਹਾਡੇ ਇਕੱਠ ਤੁਸੀਂ ਇਕੱਠੇ ਨਹੀਂ ਹੁੰਦੇ ਸਾਡੇ ਮੁੱਦਿਆਂ ਤੇ ਤਾਂ ਤੁਸੀਂ ਡਰਾਮਾ ਵਿਖਾਉਂਦੇ ਆ ਆਪਦੇ ਮੁੱਦਿਆਂ ਤੇ ਇਕੱਠੇ ਹੋ ਜਾਂਦੇ ਆ ਉਹੀ ਹੁਣ ਹਾਲ ਮੈਨੂੰ ਲੱਗਦਾ ਚਿੱਟੇ ਵਾਲਾਂ ਦਾ ਕੰਮ ਹੋ ਜਾ ਕਰਨਾ ਇੱਕ ਪਾਸੇ ਹੋਰ ਹੋਗੇ ਦੂਜੇ ਪਾਸੇ ਹੋਰ ਹੋਗੇ ਬਾਕੀ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਹੁਣ ਮੈਂ ਗੱਲ ਕਰਨ ਲੱਗਾ ਸਿੱਧੂ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲਾ ਜਿਹੜਾ ਕਹਿ ਲੋ ਗਵਈਆ ਸੀ ਜਿਹੜਾ گاਉਣ ਵਾਲਾ ਜਦੋਂ ਭੋਗ ਪਿਆ ਉਹਦੋਂ ਕਿੰਨੇ ਲੋਕ ਇਕੱਠੇ ਹੋ ਗਏ ਉਹ ਕੋਈ ਸਰਕਾਰਾਂ ਦੀਆਂ ਰੇਲੀਆਂ ਤਰ੍ਹਾਂ ਨਹੀਂ ਗਏ ਸੀ ਉਹ ਆਪਦੇ ਕੋਲੋਂ ਗਏ ਸੀ ਆਪਦੇ ਕੋਲੋਂ ਤੇਲ ਬਾਲ ਕੇ ਗਏ ਸੀ ਇੰਨਾ ਪਿਆਰ ਸੀ ਪਰ ਹੋਇਆ ਕੀ ਸਾਰੀਆਂ ਪਾਰਟੀਆਂ ਨੇ ਗੁਰੂ ਸਾਹਿਬ ਦੀ ਬੇਅਦਬੀ ਦਾ ਜਿਵੇਂ ਮਸਲਾ ਬਣਾਇਆ ਓਵੇਂ ਮਸਲਾ ਬਣਾ ਲਿਆ ਕਾਂਗਰਸ ਝਾੜੂ ਵਾਲਿਆਂ ਨੂੰ ਕਹਿਣ ਲੱਗ ਗਈ ਤੇ ਝਾੜੂ ਵਾਲੇ ਕਾਂਗਰਸ ਨੂੰ ਕਹਿਣ ਲੱਗ ਗਏ। ਸਿਆਪਾ ਕਾਹਦਾ ਪੈ ਗਿਆ ਕਿ ਉਹੀ ਮਾਂ ਦੀਕਦੀ ਰਹੀ ਕਿ ਮੇਰੇ ਪੁੱਤ ਨੂੰ ਇਨਸਾਫ ਮਿਲੇਗਾ। ਪਰ ਮੈਂ ਸਿੱਧੂ ਮੂਸੇਵਾਲੇ ਦੀ ਮਾਂ ਨੂੰ ਕਹਿੰਦਾ ਸੀ ਜਿੱਦੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਮੈਂ ਕਿਹਾ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਹੀਂ ਆਇਆ ਅਜੇ ਤੱਕ ਸਾਹਮਣੇ ਮਿਲਣਾ ਤੇਰੇ ਪੁੱਤ ਨੂੰ ਇਨਸਾਫ ਨਹੀਂ। ਲੋਕ ਥੱਲੇ ਮੈਨੂੰ ਗਾਲ੍ਹਾਂ ਕੱਢਣ ਆਖੇ ਭਗਵੰਤ ਮਾਨ ਆਏ ਆ ਭਗਵੰਤ ਮਾਨ ਉਹ ਆ ਉਹ ਅੱਜ 1.5 ਸਾਲ ਦੇ ਲਗਭਗ ਹੋ ਗਿਆ। ਤੁਸੀਂ ਦੱਸੋ ਜੇ ਸਿੱਧੂ ਮੂਸੇ ਵਾਲੇ ਦਾ ਪਿਓ ਰੋਂਦਾ ਨਹੀਂ ਫਿਰਦਾ ਗਲੀਆਂ ਦੇ ਵਿੱਚ ਉਹ ਸੁੱਕਿਆ ਫਿਰਦਾ ਪਹਿਲਾ ਵਾਲਾ ਸਰੀਰ ਜਾ ਕੇ ਕੱਢ ਲੋ ਉਹਦਾ ਤੇ ਉਹਦਾ ਅੱਜ ਦਾ ਸਰੀਰ ਕੱਢ ਲੋ ਉਹ ਸੁੱਕਿਆ ਫਿਰਦਾ ਉਹਦੇ ਪੱਲੇ ਕੱਖ ਨਹੀਂ ਕਦੇ ਉਹਦੀ ਮਾਤਾਂ ਦਾ ਜਾ ਕੇ ਦਿਲ ਫਰੋਲ ਲੋ ਜੇ ਕੋਈ ਵੀ ਕਿੰਨੀ ਕੋ ਖੁਸ਼ ਫਿਰਦੀ ਆ ਕਿੰਨੀ ਕਿ ਦੁਖੀ ਅਸਲ ਦੇ ਵਿੱਚ ਇਸ ਟਾਈਮ ਉਹ ਦੋਨੇ ਜੀ ਜੇ ਕੋ ਮੈਨੂੰ ਪੁੱਛੇ ਨਾ ਪਟਕਦੀਆਂ ਆਤਮਾ ਕਿਹੜੀਆਂ ਹੁੰਦੀਆਂ ਤੇ ਮੈਂ ਦੋਨਾਂ ਜੀਆਂ ਲੁੰਗਲਾ ਕਰ ਦੂੰਗਾ ਵੀ ਆਹ ਰਹਿ ਭਟਕਦੀਆਂ ਆਤਮਾਂ ਤਾਂ ਕਈ ਐ ਇੱਥੇ ਜਿੰਨਾਂ ਦਾ ਕੱਲਾ ਕੱਲਾ ਪੁੱਛਿੱਟੇ ਦੇ ਵਿੱਚ ਗਿਆ ਹੋਵੇ ਪਰ ਇੱਥੋਂ ਇੱਕ ਸਾਡੇ ਕੋਲ ਸਿੱਧੀ ਇੱਕ ਬੜੀ ਤਗੜੀ ਉਦਾਹਰਨ ਜਿਹੜਾ ਐਡੇ ਕਲਾਕਾਰ ਨੂੰ ਇਨਸਾਫ ਨਹੀਂ ਮਿਲ ਸਕਦਾ ਤਾਂ ਫਿਰ ਇਹ ਗੱਲ ਯਾਦ ਰੱਖ ਲੋ ਆਪਾਂ ਤਾਂ ਲੋਕੋ ਰਹਿ ਕਿੱਡੇ ਗਏ ਆ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਤਾਂ ਰਹਿ ਕਿੱਡੇ ਗਏ ਆ ਉਹੀ ਉਹ ਰਾਹੁਲ ਗਾਂਧੀ ਆळ्या ਨਾਲ ਆ ਕੇਸਰੀ ਆ ਜਫਨਾ ਪਾਉਂਦਾ ਆ ਭਗਵਾਨ ਕਮਨ ਹੱਥ ਮਲਾਉਣ ਨੂੰ ਤਰਸਦਾ ਉਹਦੇ ਦਾ ਟੈਨਸ਼ਨ ਚ ਜਾਂਦਾ ਰਿਹਾ ਸੀ즌 ਨਾਲ ਹੱਥ ਸਹੀ ਨਹੀਂ ਮਲਾਇਆ ਉਹਨੇ ਇਹ ਤਾਂ ਫਿਰ ਇਹਨੂੰ ਕਹਿੰਦੇ ਸੌਂ ਜਾ ਕੋਈ ਗੱਲ ਨਹੀਂ ਮਾਤਾ ਜੀ ਆਏ ਹੋਣੇ ਆ ਦੀ ਸੌਂ ਜਾ ਕੋਈ ਨਹੀਂ ਕੋਈ ਨਹੀਂ ਸੌਂ ਜਾ ਫਿਰ ਕਿੱਡੀ ਗੱਲ ਤੈਨੂੰ ਬੁੱਤ ਬਣਵਾ ਦਾਂਗੇ ਉਹਦਾ ਐਂ ਹੱਥ ਕਰਕੇ ਹੱਥ ਮਲਾਈ ਜਾਂ ਰੌਹਲ ਗਾਂਧੀ ਨਾਲ ਕਿੱਡੀ ਕੁ ਗੱਲ ਕੀਤੀ ਐ ਇਹ ਤਾਂ ਫਿਰ ਕਿਤੇ ਇਹਦੀ ਕੋਈ ਟੈਨਸ਼ਨ ਟੂਨਸ਼ਨ ਲੱਥੀ ਆ ਤੇ ਮੈਂ ਤੁਹਾਨੂੰ ਦੱਸਾਂ ਅੱਜ ਤੁਸੀਂ ਪੰਜਾਬ ਦੇ ਲੋਕੋ ਵੀ ਅੱਜ ਕੁਰਸੀਆਂ ਦੇ ਪਿੱਛੇ ਇਹਨਾਂ ਨੇ ਇੱਕ ਇੱਕ ਕਰ ਲਈਆਂ ਸਾਰਿਆਂ ਨੇ ਕੁਰਸੀਆਂ ਪਿੱਛੇ ਇੱਕ ਹੋ ਗਏ ਪਰ ਇਹ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਲੋਕਾਂ ਨੂੰ ਰੋਜ਼ਗਾਰ ਦਿਵਾਉਣ ਵਾਸਤੇ ਲੋਕਾਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਦਿਵਾਉਣ ਵਾਸਤੇ ਕਦੇ ਇੱਕ ਇੱਕ ਨਹੀਂ ਕੀਤਾ ਇੱਕ ਨਹੀਂ ਹੋਇਆ ਇਹ ਇਹ ਆਪ ਦੀਆਂ ਕੁਰਸੀਆਂ ਵਾਸਤੇ ਇੱਕ ਹੋ ਗਈ ਆ ਸਾਡੇ ਮਸਲਿਆਂ ਤੇ ਸਿਰਫ ਤੇ ਸਿਰਫ ਇਹ ਰੌਲਾ ਪਾਉਣ ਜੋ ਕਰੇ ਰਹਿ ਜਾਂਦੇ ਆ ਸਾਨੂੰ ਮੂਰਖ ਸਮਝੀ ਖੜੇ ਆ ਇਹ ਅਸੀਂ ਐਡੇ ਮੂਰਖ ਨਹੀਂ ਗਏ ਜਿੱਡੇ ਸਾਨੂੰ ਤੁਸੀਂ ਬਣਾਈ ਖੜੇ ਆ ਵਿਧਾਨ ਸਭਾ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਦੋ ਤਿੰਨ ਵਾਰੀ ਗੱਲ ਕੀਤੀ ਉਸ ਤੋਂ ਬਾਅਦ ਚੁੱਪ ਰਹਿ ਗਏ ਹੁਣ ਸਰਦਾਰ ਸਾਹਿਬ ਨੇ ਕੀ ਕੀਤਾ ਕਿ ਆ ਜਿਹੜਾ ਪੋਸਟ ਦਾ ਮਾਮਲਾ ਚੱਲਿਆ ਮੈਨੂੰ ਇਹ ਨਹੀਂ ਵੀ ਉਹਨਾਂ ਨੂੰ ਅੰਦਰ ਕਰੋ ਬਾਹਰ ਕੱਢੋ ਮੈਨੂੰ ਇਹ ਚੀਜ਼ ਦਾ ਕੋਈ ਮਤਲਬ ਨਹੀਂ ਪਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕੀ ਹੋਣਾ ਛੇਤੀ ਕਿਤੇ ਐਸਐਸਆਈ ਨੇ ਚਿੱਟੇ ਵਾਲੇ ਤੇ ਪਰਚਾ ਨਹੀਂ ਕਟਣਾ ਯਾਦ ਰੱਖ ਲੋ ਗੱਲ ਜੇ ਭਾਈ ਇਹਨਾਂ ਨੇ ਤਸ਼ੱਦਦ ਟਾਏ ਆ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਵੀ ਟਾਏ ਕਿੰਨਾ ਹੀ ਟਾਏ ਪਰ ਮੈਂ ਪੁਲਿਸ ਵਾਲਿਆਂ ਦੀ ਕੋਈ ਸਪੋਰਟ ਨਹੀਂ ਕਰੀ ਜਾਂਦਾ ਮੈਂ ਕੋਈ ਵਕੀਲਾਂ ਦਾ ਵਿਰੋਧ ਨਹੀਂ ਕਰੀ ਜਾਂਦਾ ਪਰ ਗੱਲ ਇੱਥੇ ਆ ਕਿ ਭਾਈ ਹਰ ਕੋਈ ਆਪ ਦੀ ਯੂਨੀਫਾਰਮ ਬਚਾਉਣ ਵਾਸਤੇ ਹੋ ਜਾਂਦਾ ਲੋਕਾਂ ਨੂੰ ਬਚਾਉਣ ਵਾਸਤੇ ਕੋਈ ਨਹੀਂਗਾ ਅਸੀਂ ਤਾਂ ਜਾ ਰਹੇ ਆ ਮੈਂ ਵਕੀਲਾਂ ਦਾ ਨਰਾਦਰ ਨਹੀਂ ਕਰ ਰਿਹਾ ਵਕੀਲਾਂ ਦੀ ਮੈਂ ਕਦਰ ਕਰਦਾ ਜੇ ਅੱਜ ਚੰਗੇ ਵਕੀਲ ਹੈਗੇ ਆ ਤਾਂ ਥਾਣੇ ਕਚਹਿਰੀਆਂ ਚ ਕੋਟਾਂ ਦੇ ਵਿੱਚ ਸੁਣਵਾਈ ਹੈਗੀ ਆ ਮੇਰੀ ਐਡੀ ਔਕਾਤ ਨਹੀਂ ਮੈਂ ਵਕੀਲਾਂ ਦੀ ਪੋਸਟ ਨੂੰ ਗੱਲ ਕਰ ਜਾ ਤੇ ਮੇਰੀ ਐਡੀ ਵੀ ਕੋਈ ਔਕਾਤ ਨਹੀਂ ਮੈਂ ਪੁਲਿਸ ਦੀ ਪੋਸਟ ਨੂੰ ਗੱਲ ਕਰ ਜਾ ਪਰ ਗੱਲ ਇੱਥੇ ਆ ਮਿੱਤਰ ਪਿਆਰੋ ਜਿਹੜਾ ਬੇਈਮਾਨ ਵਿਅਕਤੀ ਹੁੰਦਾ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਹੋ ਸਕਦਾ ਕਿਸੇ ਵੀ ਜਾਤ ਦੇ ਵਿੱਚ ਹੋ ਸਕਦਾ ਕਿਸੇ ਵੀ ਧਰਮ ਦੇ ਵਿੱਚ ਹੋ ਸਕਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋ ਸਕਦਾ ਜਿਹੜੇ ਤਸ਼ੱਦਦ ਢਾਏ ਆ ਤਾਂ ਮੈਂ ਇਹ ਕਹਿਣਾ ਵੀ ਗਲਤ ਕੀਤਾ ਪਰ ਜੇਕਰ ਉਹ ਚਿੱਟੇ ਵਾਲੇ ਬੰਦੇ ਦੇ ਨਾਲ ਰਹਿੰਦਾ ਉਥੋਂ ਦੇ ਲੋਕ ਕਹਿ ਰਹੇ ਆ ਪਿੰਡਾਂ ਦੇ ਲੋਕ ਜਿਹੜੀਆਂ ਕਮੇਟੀਆਂ ਉਹ ਕਹਿ ਰੀਆਂ ਤਾਂ ਫਿਰ ਇਹਦੇ ਨਾਲ ਇੱਕ ਗੱਲ ਯਾਦ ਰੱਖ ਲਓ ਵੀ ਕਿਤਨਾ ਕਿਤੇ ਇਹ ਪੰਜਾਬ ਦੇ ਨੁਕਸਾਨ ਆ ਜੇ ਘੋੜਾ ਘਾਹ ਸੇ ਦੋਸਤੀ ਕਰੇਗਾ ਤਾਂ ਖਾਏਗਾ ਕਿਆ ਯਾਦ ਰੱਖੋ ਗੱਲ ਇਹ ਹੁਣ ਆਪਾਂ ਨੂੰ ਜਿਹੜੇ ਕੱਲੋਂ ਨਾ ਜਿਹੜਾ ਮੈਂ ਸਿੱਧੇ ਤੌਰ ਤੇ ਕਹਿਣਾ ਵੀ ਆਪਣੀਆਂ ਜਿਹੜੀਆਂ ਯਾਰੀਆਂ ਗਲਤ ਪੈ ਰੀਆਂ ਮੈਂ ਵਕੀਲਾਂ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਪੁਲਿਸ ਵਾਲਿਆਂ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਹਰ ਪੋਸਟ ਦੇ ਵਿੱਚ ਹਰ ਮਹਿਕਮੇ ਦੇ ਵਿੱਚ ਬੰਦੇ ਚੰਗੇ ਬਹੁਤ ਹੁੰਦੇ ਆ ਹਰ ਮਹਿਕਮੇ ਦੇ ਵਿੱਚ ਮਾੜੇ ਵੀ ਬੰਦੇ ਹੁੰਦੇ ਆ ਇਹਦੇ ਵਿੱਚ ਝੂਠ ਨਹੀਂਗਾ ਕੋਈ ਜੇ ਗੱਲ ਸਰਕਾਰਾਂ ਦੀ ਕਰਾਂ ਉਹ ਮੈਂ ਜਿਹੜੀ ਚੌਥੇ ਮੁੱਦੇ ਤੇ ਗੱਲ ਕਰਨੀ ਆ ਸਰਕਾਰਾਂ ਦੀ ਸਰਕਾਰ ਐਸ ਟਾਈਮ ਜਮਾਂ ਸੌਂ ਗਈਆਂ ਸਾਰੀਆਂ ਦੀਆਂ ਸਾਰੀਆਂ ਸਾਡੇ ਵਾਸਤੇ ਕੋਈ ਜਾਗਦੀਆਂ ਨਹੀਂ ਸਾਰੇ ਆਪਦੇ ਨਾਲ 20-20 ਗੱਡੀਆਂ ਰੱਖਦੇ ਆ ਕੋਈ 100 ਗੱਡੀ ਰੱਖਦਾ ਨਾਲ ਕੋਈ ਗਨਮੈਨ ਰੱਖਦਾ ਕੋਈ ਕਾਲ ਗੈਣ ਕਾਲਾ ਰੱਖਦਾ ਨਾਲ ਉਹ ਜਦੋਂ ਤਾਂ ਭਾਸ਼ਣ ਦੇਣੇ ਉੱਤੋਂ ਸਟੇਜਾਂ ਤੇ ਐ ਖੜ ਜਾਨਗੇ ਜਦੋਂ ਇਹਨਾਂ ਨੇ ਲੋਕਾਂ ਵਿੱਚ ਦੀ ਨੰਗਣਾ ਭੀੜ ਭਚੱਕਾ ਵਾਲਾ ਹੋ ਗਿਆ ਐਵੇਂ ਫੋਨ ਜਾ ਕੱਢ ਕੇ ਤੇ ਆਏ ਆ ਕਰੀ ਜਾਣਗੇ ਪਤਾ ਵੀ ਨਾਲੇ ਲੋਕਸਾਂ ਨੂੰ ਝਾਕ ਰਹੇ ਆ ਇਹ ਤੁਸੀਂ ਅੱਜ ਤੱਕ ਜਿਹੜੇ ਅੱਜ ਤੱਕ ਦੇ ਲੀਡਰ ਆ ਚਾਹੇ ਉਹ ਪੁਰਾਣੇ ਆ ਚਾਹੇ ਉਹ ਨਵੇਂ ਆ ਯਾਦ ਰੱਖੋ ਜੇ ਗੱਲ ਜਿੱਦੇ 10 ਦਿਨ ਦੁਨੀਆ ਸਭ ਨੇ ਛੱਡਨੀ ਆ ਮੈਂ ਵੀ ਛੱਡਨੀ ਆ ਸਾਰਿਆਂ ਨੇ ਦੁਨੀਆ ਛੱਡਨੀ ਆ ਪਰ ਜਿਸ ਦਿਨ ਤੁਸੀਂ ਦੁਨੀਆ ਛੱਡ ਕੇ ਰੱਬ ਕੋਲ ਜਾਓਂਗੇ ਰੱਬ ਨੀਵੀਂ ਨਾ ਪਾਵੇ ਤੁਹਾਨੂੰ ਵੇਖ ਕੇ ਜਾਂ ਮੈਨੂੰ ਕਹੇ ਵਿਸ਼ਵ ਦੀ ਫਾਇਲ ਕਾ ਤੂੰ ਐਵੇਂ ਤੁਰਿਆ ਫਿਰਦਾ ਸੀ ਯਾਦ ਰੱਖੋ ਤੁਹਾਨੂੰ ਰੱਬ ਨੀਵੀਂਗਾ ਪਾਊਗਾ ਵੇਖ ਕੇ ਕਿ ਮੈਂ ਕਿੰਨਾ ਨੂੰ ਕੱਲਿਆ ਤੇ ਅੱਜ ਕਿਹੜੇ ਮੇਰੇ ਕੋਲ ਆ ਗਏ ਉਹ ਤੁਹਾਡੇ ਹੱਥਾਂ ਦੇ ਵਿੱਚ ਮਕਮਾਨਾ ਦਿੱਤਿਆਂ ਕਿ ਤੁਸੀਂ ਲੋਕਾਂ ਨੂੰ ਸੁਧਾਰਨਾ ਜਿਵੇਂ ਉਤਲਾ ਢਾਂਚਾ ਚਲਾਉਂਦਾ ਉਤਲਾ ਪਰਮਾਤਮਾ ਓਵੇਂ ਢਾਂਚਾ ਤੁਹਾਡੇ ਹੱਥਾਂ ਦੇ ਵਿੱਚ ਹੁੰਦਾ ਪਰ ਤੁਹਾਡੇ ਹੱਥਾਂ ਨੂੰ ਕੀੜੇ ਪਤਾ ਨਹੀਂ ਕਿਹੜੇ ਚੱਲੇ ਆ ਜਿਹੜਾ ਲੋਕਾਂ ਦਾ ਢਾਂਚਾ ਨਹੀਂ ਸਵਾਰਦੇ ਉਹ ਤੁਸੀਂ ਆਪ ਦੇ ਢਿੱਡਾਂ ਨੂੰ ਪੈ ਜਾਣੇ ਆ ਤੁਸੀਂ ਆਪਦੇ ਕਾਰਾਂ ਜੀਪਾਂ ਨੂੰ ਪੈ ਜਾਂਦੇ ਆਪਦੇ ਗਨਮੈਨਾਂ ਨੂੰ ਪੈ ਜਾਂਦੇ ਆ ਭਾਸ਼ਣ ਦਿੰਦੇ ਆ ਸਟੇਜਾਂ ਤੇ ਗੱਲਾਂ ਕਰਦੇ ਆ ਉਦਮ ਸਿੰਘ ਦੀਆਂ ਗੱਲਾਂ ਕਰਦੇ ਆ ਤੁਸੀਂ ਸ਼ਹੀਦ ਭਗਤ ਸਿੰਘ ਦੀਆਂ ਪਰ ਜਦੋਂ ਤੁਹਾਡੇ ਹੱਥਾਂ 'ਚ ਮਾਈਕ ਪਰੇ ਹੋ ਜਾਏ ਤੁਸੀਂ ਜਰਨਲ ਡੈਰ ਨਾਲੋਂ ਭੈੜੀ ਚੀਜ਼ ਬਣ ਜਾਂਦੇ ਆ ਇਹ ਸਾਨੂੰ ਫ੍ਰੀ ਦੇ ਭਾਸ਼ਣ ਨਹੀਂ ਚਾਹੀਦੇ 70 ਸਾਲ ਹੋ ਗਏ ਤੁਹਾਨੂੰ ਭਾਸ਼ਣ ਦਿੰਦਿਆਂ ਨੂੰ ਆ ਆ ਨਵੇਂ ਵੀ ਚੱਲ ਪਏ ਭਾਸ਼ਣ ਵਾਲੇ ਬਿਬਨ ਅਨਮੋਲ ਗਗਨਮਾਨ ਹਮ ਸਾਨੂੰ ਬਹੁਤ ਮਾਣ ਹੈ ਜੀ ਅਸੀਂ ਅਸੀਂ ਤਾਂ ਭਗਵਾਨਤ ਮਾਨ ਦੇ ਹੇਠ ਕੰਮ ਕਰਦੇ ਹਾਂ ਸਾਨੂੰ ਬਹੁਤ ਮਾਣ ਕੀ ਮਾਣ ਕਿਹੜੀ ਗੱਲ ਦਾ ਮਾਣ ਵੀ ਇਹ ਗੱਪ ਬਾਲੇ ਮਾਰਦਾ ਕਿਹੜੀ ਗੱਲ ਦਾ ਮਾਣ ਆ ਵੀ ਇਹਨਾਂ 50 ਹਜ਼ਾਰ ਕਰੋੜ ਦਾ ਕਰਜ਼ਾ 1.5 ਸਾਲ ਚ ਚੜਾਤਾ ਇਹ ਮਾਣਕਾ ਤੇ ਆ ਆ ਦੋ ਤਰੀਕ ਨੂੰ ਆ ਕੇਸਰੀ ਆ ਲਈ ਜਾਂਦਾ 609 ਬੱਸਾਂ ਜਾਣੀਆਂ 10000 ਇੱਕ ਬੱਸ ਦਾ ਖਰਚਾ ਵੀ ਪਵੇ ਤਾਂ ਕਿੰਨਾ ਹੋ ਗਿਆ ਲਗਭਗ 60 ਲੱਖ ਰੁਪਈਆ 60 ਲੱਖ 9 ਆਪਣਾ 90000 ਰੁਪਿਆ ਬਣ ਜਾਊਗਾ 60 ਲੱਖ ਰੁਪਿਆ ਤੁਸੀਂ ਆ ਗਰੀਬਾਂ ਤੇ ਲਾਓ ਜਿਹੜੇ ਵਿਚਾਰੇ ਬਿਨਾਂ ਘਰਾਂ ਤੋਂ ਬੈਠੇ ਆ ਤੁਸੀਂ ਮਾਰਦੇ ਆ ਗੱਲਾਂ ਕੇਸਰੀ ਵਾਲ ਕੋਈ ਵੱਖਰਾ ਏ ਰੱਬਾ ਏ ਵੀ ਪੰਜਾਬ ਚ ਕੋਈ ਚੀਜ਼ ਆਉਣੀ ਆ ਇਹ ਉਹਦੇ ਘਾਟਨ ਕਰੂਗਾ ਇਹ ਫੇਰ ਹੀ ਉੱਚੀ ਚੱਲੂਗੀ ਉਂਝ ਡਾਕਟਰ ਦਵਾਈ ਦੇਣਾ ਭੁੱਲ ਜਾਣਗੇ ਜਦੋਂ ਕਿਸੇ ਚੀਜ਼ ਦਾ ਉਹ ਘਾਟਨ ਕਰ ਲੋ ਕਿਸੇ ਚੀਜ਼ ਦਾ ਚਲੋ ਉਹ ਘਾਟਨ ਕਰੋ ਚਲੋ ਚੀਜ਼ ਦਾ ਉਹ ਘਾਟਨ ਯਾਰ ਤੁਸੀਂ ਕਰੋ ਆਪਦੇ ਪੱਲੋ ਤੇਲ ਬਾਲੋਖ ਜਦੋਂ ਜਿਹੜਾ ਮਾੜਾ ਬੰਦਾ ਨਾ ਮਾੜਾ ਬੰਦਾ ਘਰ ਨੂੰ ਬਚਾਉਂਦਾ ਛੇਤੀ ਕਿਤੇ ਸਕੇ ਰਿਸ਼ਤੇਦਾਰੀ ਦੀ ਅਗੇ ਜਿਹੜੀ ਰਿੰਗਮੈਨ ਜਿਹੜੀ ਉਹ ਰਿੰਗ ਜੀ ਪਾਉਂਦੇ ਹੁੰਦੇ ਕੀ ਕਹਿੰਦੇ ਆ ਉਹਨੂੰ ਜਦੋਂ ਉਹ ਕਹਿੰਦੇ ਵੀ ਆਪਣੇ ਚਲੋ ਜੀ ਪੱਕਾ ਕਰਦੇ ਆ ਕੰਮ ਉਹ ਵਿਆਹ ਤੇ ਆਉਂਦਾ ਉਹ ਮੰਗਣੀ ਤੇ ਵੀ ਨਹੀਂ ਆਉਂਦਾ ਵੀ ਚਲੋ ਜੀ ਅੱਜ ਮੰਗਣੀ ਹੈਗੀ ਆ ਮੰਗਰਿਓ ਕੋਈ ਨਹੀਂ ਜੀ ਮੈਂ ਬੀਜੀ ਸੀਗਾ ਉਹਨੂੰ ਇਹ ਆਂਦਾ ਮੇਰਾ 2000 ਵੱਜ ਜਾਊਗਾ ਤੁਸੀਂ ਪਤੰਦਰੋ ਸਾਡਾ 1 ਦਿਨ ਦੇ ਵਿੱਚ 60-60 ਲੱਖ ਰੁਪਇਆ ਡਾਈ ਜਾਣੇ ਆ ਆ ਹੀ ਲਿਖਿਆ ਦੇਣਾ ਥੋੜਾ ਕੁਝ ਚੀਜ਼ ਦਾ ਮੈਨੂੰ ਤੁਸੀਂ ਦੱਸ ਦੋ ਆ 45 ਕਰੋੜ ਰੁਪਏ ਨੇ ਆਪ ਦੇ ਬੰਗਲੇ ਤੇ ਲਾ ਲਿਆ ਸੀ ਕੇਜਰੀਵਾਲ ਨੇ ਤੇ ਲੋਕਾਂ ਕੋਲ ਰਹਿਣ ਨੂੰ ਛੱਪਾਂ ਨਹੀਂ ਅਸੀਂ ਮੂਰਖ ਬਣਾਤਾ ਤੁਸੀਂ ਸਾਨੂੰ ਜਮਾਂ ਹੀ ਇਹ ਭਾਈ ਤੁਸੀਂ ਆਪ ਦੀਆਂ ਡਿਊਟੀਆਂ ਸੰਭੋ ਬੀਬਾ ਜੀ ਤੁਹਾਨੂੰ ਵੀ ਮੈਂ ਕਹਿਣਾ ਸਾਨੂੰ ਬਹੁਤ ਮਾਨ ਹੈ ਜੀ ਕੇਜਰੀਆ ਸਾਹਿਬ ਜੀ ਉੱਤੇ ਜੀ ਐਂ ਜੀ ਆਹ ਜੀ ਰੋਜ਼ ਕੁਛ ਨਹੀਂ 2020 ਦੇ ਵਿੱਚ ਤੁਹਾਡਾ ਬਿਆਨ ਸੀ ਅਸਿਫਾ ਦਿਓ 2 ਮਿੰਟ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਤੇ ਹੁਣ 5 ਮਿੰਟ ਕਿੱਥੇ ਗਏ ਬੀਬਾ ਜੀ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਦੇ ਪੈਰ ਨੇ ਹੁੰਦੇ ਸਾਨੂੰ ਮਾਰ ਕੇ ਰੱਖਤਾ ਤੁਸੀਂ ਤੁਸੀਂ ਆਪ ਦੀਆਂ ਕੁਰਸੀਆਂ ਬਚਾਉਣ ਪਿੱਛੇ ਗੱਠ ਜੋੜ ਕਰਨ ਵਾਲੇ ਵਿਅਕਤੀਆਂ ਤੇ ਲੋਕਾਂ ਨੂੰ ਲੋਕਾਂ ਦੇ ਕੰਮ ਵਾਸਤੇ ਗੱਠ ਜੋੜਦੇ ਜਿਹੜੇ ਰਾਹੁਲ ગાંધી ਨੂੰ ਕਹਿੰਦਾ ਜੀ ਉਹ ਐ ਫਿਰਦਾ ਜੀ ਉਹ ਐ ਫਿਰਦਾ ਉਹਦੇ ਕਰੇ ਉਹ ਅਗਲਾ ਚਾਹ ਪਰ ਤੇਰੇ ਕੇ ਪਿਆ ਫਿਰਦੇ ਇਥੇ ਬਾਅਦ ਚ ਟੈਨਸ਼ਨ ਪੈ ਗਈ ਫਿਰ ਇਹ ਨੀਂਦ ਨਹੀਂ ਆਈ ਹਣੀ ਮੈਂ ਗਾਰੰਟੀ ਦੇ ਨਾਲ ਕਹਿੰਨਾ ਮਾਸਾ ਸੁੱਤਾ ਹੋਣਾ ਐ ਕਰਦਾ ਨਾ ਯਾਰ ਮੇਰੇ ਨਾਲ ਨਹੀਂ ਹੱਥ ਮਲਾ ਮੇਰੇ ਨਾਲ ਸਾਨੂੰ ਮੇਰੀ ਬਖਸ਼ੋ ਮੇਰੇ ਪਰਮਾਤਮਾ ਜੀ ਬਖਸ਼ੋ ਸਾਨੂੰ ਪੰਜਾਬ ਨੂੰ ਤੇ ਮੈਂ ਲੋਕਾਂ ਨੂੰ ਦੱਸ ਦੇਵਾਂ ਲੋਕ ਥੱਲੇ ਕੀ ਕਰਨਗੇ ਥੱਲੇ ਕਮੈਂਟ ਵੇਖ ਲਿਆ ਕਰ ਉਹ ਗੱਲ ਸੁਣ ਪ੍ਰਾ ਜਿਹੜੇ ਥੱਲੇ ਤੁਹਾਡੇ ਮਾਰੇ ਕਮੈਂਟ ਆ ਉਹ ਮੇਰਾ ਕੁਝ ਵਿਗਾੜ ਦੇ ਨਹੀਂਗੇ ਜਿਹੜੇ ਚੰਗੇ ਉਹ ਗੂਠੇ ਜੇ ਆਉਂਦੇ ਆ ਲੋਕਾਂ ਦੇ ਜੇ 2000 ਗੰਦਾ ਕਮੈਂਟ ਆ ਜੂਗਾ ਤੇ 20000 ਗੂਠਾ ਜਾਇਆ ਪਿਆ ਹੁੰਦਾ ਜਿਹਨੂੰ ਤੁਸੀਂ ਲਾਈਕ ਕਹਿੰਨੇ ਆ ਗੂਠਾ ਉਹ 20000 ਲਾਈਕ ਮੇਰਾ ਕੁਝ ਸਵਾਰ ਨਹੀਂ ਨਾ ਸਕਦੇ ਤਾਂ ਤੁਸੀਂ 2000 ਕਮੈਂਟ ਕਰਨ ਵਾਲੇ ਮੇਰਾ ਕੁਝ ਵਿਗਾੜ ਵੀ ਨਹੀਂ ਸਕਦੇ ਕੀ ਆ ਦੱਸੋ ਤੁਸੀਂ ਕਹਿੰਦੇ ਆ ਜੀ ਹਰੇ ਨਵੇਂ ਬਣਿਆ ਜੀ ਮੁੱਖ ਮੰਤਰੀ ਕੰਮ ਉਹਦੀ ਸਲਾਹਤਾ ਕਰਖ ਚੰਗੇ ਕੰਮ ਆ ਦੀ ਮੈਨੂੰ ਚੰਗਾ ਕੰਮ ਕਨਾ ਕੀ ਆ ਉਹ ਮਹੱਲਾ ਕਲੀਨਿਕ ਚੰਗੇ ਕੰਮ ਕਦੇ ਕਰਾਂਗੇ ਫਿਰ ਇਸ ਮਸਲੇ ਤੇ ਗੱਲ ਮੇਰੀ ਇਹ ਬੇਨਤੀ ਆ ਜੀ ਪੰਜਾਬ ਨੂੰ ਚਿੱਟੇ ਤੋਂ ਮੁਕਤ ਕਰੀਏ ਸਾਰਾ ਚਾਹੇ ਕੋਈ ਵੀ ਆਪ ਦੀ ਕੋਈ ਡਿਊਟੀ ਵਾਲਾ ਪ੍ਰਬੰਧਕ ਬੰਦਾ ਮੈਂ ਉਹਨੂੰ ਬੇਨਤੀ ਕਰਦਾ ਵੀ ਆਪ ਦੀ ਜਿਹੜੀ ਡਿਊਟੀ ਉਹ ਸਹੀ ਕਾਨੂੰਨਾਂ ਚ ਕਰੋ ਜੇ ਤੁਸੀਂ ਬਚਾਉਣਾ ਤਾਂ ਨੀ ਮਿੱਤਰ ਪਿਆਰੋ ਚਾਹੇ ਉਹ ਪੁਲਸਾ ਚਾਹੇ ਉਹ ਐਡਵੋਕੇਟ ਆ ਚਾਹੇ ਉਹ ਮਾਸਟਰ ਆ ਚਾਹੇ ਉਹ ਸੰਤਰੀ ਆ ਚਾਹੇ ਕੋਈ ਚਾਹੇ ਕੋਈ ਮੰਤਰੀ ਆ ਚਾਹੇ ਸੰਤਰੀ ਆ ਚਾਹੇ ਕੋਈ ਮੇਅਰ ਦਾ ਬੋਲਣ ਵਾਲਾ ਚਾਹੇ ਕੋਈ ਪਿੰਡ ਚ ਰਹਿਣ ਵਾਲਾ ਯਾਦ ਰੱਖ ਲੋ ਗੱਲ ਅੱਜ ਤਾਂ ਗਵਰਨਿੰਗ ਰਿਪ ਪਹਿਲਾ ਪਿੰਡਾਂ ਚੋਂ ਪੁੱਤ ਲੱਗਦੇ ਹੁੰਦੇ ਸੀ ਯਾਦ ਕਰੋ ਗੱਲ ਜੇ ਤੁਹਾਨੂੰ ਇੱਕ ਵੱਖਰੀ ਗੱਲ ਦੱਸਾਂ ਪਹਿਲਾ ਪਿੰਡਾਂ ਪਹਿਲਾ ਦਸਾ ਪਿੰਡਾਂ ਚੋਂ ਇੱਕ ਲੱਗਦਾ ਹੁੰਦਾ ਸੀ ਹੂ ਫਲਾਨਾ ਦਾ ਪੁੰਡਾ ਚਿੱਟਾ ਪਿੰਡਾ ਫਿਰ ਪੰਜਾ ਪਿੰਡਾਂ ਚੋਂ ਹੋਏ ਦੋ ਖਾਨਰ ਦੇ ਪਿੰਡ ਵੀ ਪੀਨ ਲਾਗੇ ਚਲੋ ਬਹੁਤ ਹੋ ਹੋ ਤੋਬਾ ਤੋਬਾ ਫਿਰ ਪਿੰਡਾਂ ਦੇ ਵਿੱਚੋਂ ਦੋ ਦੋ ਜਣੇ ਪੀਨ ਲਾਗੇ ਫਲਾਨਾ ਨਰ ਮੁੰਡਾ ਚਿੱਟਾ ਪੀਂਦਾ ਫਿਰ ਮਹੱਲਿਆਂ ਚ ਪੀਨ ਲਾਗੇ ਅੱਜ ਤੁਹਾਡੇ ਗਵਾਂਢ ਪੀਨ ਲਾਗੇ ਉਹ ਦਿਨ ਦੂਰ ਨਹੀਂ ਜਿੱਦਾਂ ਤੁਹਾਡੇ ਬੱਚੇ ਵੀ ਪੀਣਗੇ ਯਾਦ ਰੱਖੋ ਗੱਲ ਸਮਝੋ ਇਸ ਗੱਲ ਨੂੰ ਥੋਸੀ ਆਪ ਤੁਹਾਨੂੰ ਕਿਸੇ ਮੰਤਰੀ ਦੀ ਕੋਈ ਪ੍ਰਵਾਣ ਹੀ ਹੋਣੀ ਚਾਹੀਦੀ ਕਿਸੇ ਮੰਤਰੀ ਨੂੰ ਕਿਸੇ ਦੀ ਪ੍ਰਵਾਣ ਹੀ ਹੋਣੀ ਚਾਹੀਦੀ ਮੰਤਰੀ ਆਪ ਦੀ ਸਹੀ ਡਿਊਟੀ ਕਰੇ ਤੇ ਡਿਊਟੀ ਵਾਲਾ ਆਪ ਦੀ ਸਹੀ ਡਿਊਟੀ ਕਰੇ ਕਿਸੇ ਦੀ ਲੋੜ ਨਹੀਂ ਪੈਣੀ ਯਾਦ ਰੱਖੋ ਗੱਲ ਮੰਤਰੀ ਸਹੀ ਡਿਊਟੀ ਕਰਦਾ ਜਾਂ ਕੋਈ ਪ੍ਰਸ਼ਾਸਨ ਆਪਦੀ ਸਹੀ ਡਿਊਟੀ ਕਰਦਾ ਮੇਰੇ ਵਰਗੇ ਨੂੰ ਬੋਲਣ ਦੀ ਕੀ ਲੋੜ ਪਈ ਬਾਈ ਤੁਸੀਂ ਦੱਸ ਦੋ ਚਿੱਟਾ ਨਾ ਹੁੰਦਾ ਮੈਂ ਚਿੱਟੇ ਤੇ ਬੋਲਣਾ ਸੀ ਸਿੱਧੂ ਮੂਸੇਵਾਲੇ ਵਰਗੇ ਨੂੰ ਇਨਸਾਫ ਮਿਲਿਆ ਤਾਂ ਮੈਂ ਬੋਲਣਾ ਸੀ ਇਸ ਮਸਲੇ ਤੇ ਗੁਰੂ ਸਾਹਿਬ ਦੀ ਬੇਅਦਮੀ ਦੋਸ਼ੀ ਫੜੇ ਜਾਂ ਦੋਸ਼ੀਆਂ ਨੂੰ ਸਜ਼ਾ ਮਿਲਦੀ ਮੈਂ ਬੋਲਣਾ ਸੀ ਇਸ ਮਸਲੇ ਤੇ ਮੁੱਦੇ ਬਣਾਉਨੇ ਆ ਤੁਸੀਂ ਬੋਲੇ ਸੀ ਇਸ ਮਸਲੇ ਤੇ ਤਾਂ ਬੋਲੇ ਇਸ ਕਰਕੇ ਜੇਕਰ ਕੁਝ ਮੈਂ ਗਲਤ ਬੋਲੇ ਆਇਆ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਕੀ ਪੰਜਾਬ ਕੋ ਤੁਹਾਡੇ ਬੱਚੇ ਬਚਾਉਣੇ ਤੁਹਾਡੇ ਹੱਥ ਆ ਉਹ ਬਾਹਰ ਤਾਂ ਜਾਈ ਜਾਂਦੇ ਆ ਜਦੋਂ ਬਾਹਰ ਬੱਚਾ ਤੋਰਦੇ ਆ ਉਦੋਂ ਐ ਤੋਰਿਆ ਜਾਂਦਾ ਵੀ ਹੁਣ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਯਾਦ ਰੱਖ ਲਓ ਗੱਲ ਕਈਆਂ ਦੀਆਂ ਬਾਹਰ ਮੌਤਾਂ ਹੋਈਆਂ ਨੌਜਵਾਨਾਂ ਦੀ ਸ ਪਹਿਲਾਂ ਲੋਕ ਕੁੜੀਆਂ ਤੋਰਦੇ ਹੁੰਦੇ ਸੀ ਸਹੁਰਿਆਂ ਦੇ ਘਰੇ ਕੁੜੀਆਂ ਨੂੰ ਪਰ ਅੱਜ ਮਾਫੀ ਚਾਹੁੰਨਾ ਅੱਜ ਮੁੰਡਿਆਂ ਦਾ ਜਿਹੜਾ ਅੱਜ ਤਾਂ ਮੁੰਡਿਆਂ ਦੇ ਜਿਹੜੇ ਨਾ ਸਹੁਰੇ ਆ ਉਹ ਬਣ ਗਏ ਹੁਣ ਤਾਂ ਆਪਾਂ ਨੂੰ ਹੈ ਲੱਗਦਾ ਵੀ ਆਪਾਂ ਪੇਕੇ ਹੀ ਰਹਿ ਗਏ ਬਸ ਪਹਿਲਾਂ ਕੁੜੀਆਂ ਤੋਰਦੇ ਸੀ ਅੱਜ ਮੁੰਡੇ ਤੋਰਨ ਲੱਗ ਗਏ ਆ ਤੇ ਉਵੇਂ ਹੀ ਮਿਲ ਨਹੀਂ ਹੁੰਦੇ ਆ ਜਿਵੇਂ ਸਾਲ ਬਾਤੀ ਭੈਣ ਆਉਂਦੀ ਸੀ ਆਪਣੀ ਮਿਲਣ ਉਵੇਂ ਹੀ ਆਉਂਦੇ ਜਿਵੇਂ ਅੱਗੇ ਧੀ ਨੂੰ ਦੋਖ ਹੁੰਦਾ ਸੀ ਹਾਏ ਮੰਮੀ ਤੂੰ ਬਿਮਾਰ ਆ ਤੇ ਉਹ ਕੀ ਕਹਿੰਦੀ ਸੀ ਆ ਉਹਦੇ ਘਰ ਵਾਲ ਨੂੰ ਮੰਮੀ ਮੇਰੀ ਬੜੀ ਬਿਮਾਰ ਆ ਅਗੋ ਘਰ ਵਾਲਾ ਕਹਿੰਦਾ ਮੈਂ ਹੁਣ ਕੀ ਕਰਾਂ ਆ ਫਿਰ ਦੇ ਦੂਗੀ ਦਵਾਈ ਤੇਰਾ ਪਰ ਆਜੋ ਕੰਮ ਹੋ ਗਿਆ ਪੁੱਤ ਤੇਰਾ ਬੈਠਾ ਬਾਹਰ ਕਹਿੰਦਾ ਹਏ ਬੀਬੀ ਬਿਮਾਰ ਆ ਤੂੰ ਫਲਾਨੀ ਗੋਲੀ ਲੈ ਲਈ ਆਕੂ ਛੁੱਟੀ ਮੰਗਦਾ ਛੁੱਟੀ ਨਹੀਂ ਮਿਲਦੀ ਦੱਸ ਮੈਨੂੰ ਮੋਤਾ ਮਾਵਾਂ ਦੀਆਂ ਹੋਈਆਂ ਹੋਣ ਤੇ ਪੁੱਤ ਸ਼ਸ਼ਕਾਰਾਂ ਤੇ ਨਾ ਪਹੁੰਚਣ ਇਹ ਜੇ ਧੀਆ ਤਰ੍ਹਾਂ ਤੋਰੇ ਨਹੀਂ ਹੋਗੇ ਤਾਂ ਕੀ ਹੋ ਗਿਆ ਬੀਬੀ ਤੂੰ ਦੱਸ ਮੈਨੂੰ ਇਹ ਝਾੜੂ ਝੂੜੂ ਵਾਲਿਆਂ ਨੇ ਜਾਂ ਕੋਈ ਹੋਰ ਪਾਰਟੀਆਂ ਨੇ ਤੇਰੇ ਬੱਚਿਆਂ ਨੂੰ ਨੌਕਰੀ ਨਹੀਂ ਦੇਣੀ ਤੇਰੇ ਬੱਚਿਆਂ ਨੂੰ ਨੌਕਰੀ ਤੂੰ ਦਵਾਏਂਗੀ ਕਰ ਸਰਕਾਰਾਂ ਨੂੰ ਸਵਾਲ ਕਿ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਫਰੀ ਚਾਹੀਦਾ ਬਾਕੀ ਸਾਥੋਂ ਪੈਸੇ ਚੱਕ ਤੂੰ ਕੌਣ ਉਹਨਾਂ ਸਾਡਾ ਪੈਸਾ ਸਾਨੂੰ ਦੇਣ ਆਲਾ ਲੋਕ ਹਜ਼ਾਰ ਹਜ਼ਾਰ ਰੁਪਏ ਪਿੱਛੇ ਫਿਰਦੇ ਆ ਬੀਬੀ ਤੂੰ ਮਨੇ ਗੱਲ ਦਾ ਹਜ਼ਾਰ ਰੁਪਿਆ 1000 ਕਰੋੜ ਰੁਪਏ ਇੱਕ ਮਹੀਨੇ ਦੀ ਕਿਸ਼ਤ ਬੰਦੀ ਆ 12000 ਕਰੋੜ ਰੁਪਏ ਸਾਲ ਦਾ ਬੰਦਾ ਜਿਹੜਾ ਭਗਵੰਤ ਮਾਨ ਨੇ 50000 ਕਰੋੜ ਰੁਪਏ ਕਰਜ਼ਾ ਇੱਕ ਸਾਲ ਚ ਚੜਾਇਆ ਤੇ 60000 ਕਰੋੜ ਰੁਪਏ ਪੰਜਾ ਸਾਲਾਂ ਚ ਹੋ ਵੀ ਚੜੂਗਾ ਫਿਰ ਨਾ ਕਹੀਂ ਕਿ ਕਣਕ ਮੈਨੂੰ ਜਿਹੜੀ ਉਹ ਕਿਤੇ 15 ਰੁਪਏ ਕਿਲੋ ਹੁੰਦੀ ਸੀ ਅੱਜ ਮੈਨੂੰ 40 ਰੁਪਏ ਕਿਲੋ ਮਿਲ ਜਾਂਦੀ ਆ ਖੰਡ ਜਿਹੜੀ ਕਦੇ 40 ਹੁੰਦੀ ਸੀ ਅੱਜ ਮੈਨੂੰ 100 ਰੁਪਏ ਕਿਲੋ ਮਿਲ ਜਾਂਦੀ ਆ ਉਹਦੇ ਬੀਬੀ ਹਰਜਾਨੇ ਆਪਾਂ ਨੂੰ ਭਰਨੇ ਪੈਣੇ ਆ ਭਗਵੰਤ ਮਾਨ ਅਰਕੇ ਨਹੀਂ ਭਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ